भाओ जिन हर निरभाओ त्याया जी तिनका भाओ सब गवासी जिन सेव्या जिन सेव्या मेरा हर जी ते हर हर रूप समासी। वाहिगुरू जी का खालसा वाहिगुरू जी की फतेह। अरे खालसा जी पंथ जी, जिहड़ा बंदा बेअदबी करन आया सी सचखंड उहदा सौदा ला दिता गया है, वह गड्डी चाढ़ दिता गया है, नरकां नूं तोर दिता गया है। आपां किसे भी वाहिगुरू जी गलत खबरां दे विच ना आईए, उहदा कारज कर दिता है। मैं आप अपने अखीं अपने हत्थीं वेख्या सारा कुछ, उहदे साह रुक गए सीगे ते उहनूं हुण जिहड़ी डैड बॉडी आ उह होस्पिटल खड़ी आ पोस्टमार्टम दे लई, ते उहदा गलत खबर कारज फतेह हो गया आ, उहनूं नरकां नूं तोर दिता आ जी। ते आपां किसे वी भुलेखिआं च ना पईए, उही बंदा सी जिहड़ा बेअदबी करन आया सी उसे नूं ही गड्डी चाढ़िआ। वाहिगुरू जी का खालसा वाहिगुरू जी की फतेह। ਜਿਹੜਾ ਦੁਸ਼ਮਣ ਨੇ ਕਰਮ ਕੀਤਾ ਟੱਪ ਕੇ ਜਦੋਂ ਅੰਦਰ ਗਿਆ, ਮੈਂ ਉਸ ਵੇਲੇ ਅੰਦਰ ਸੀਗਾ, ਮੁੜ ਕੇ ਉਸ ਵੇਲੇ ਸਿੰਘਾਂ ਨੇ ਉੱਥੋਂ ਅੰਦਰੋਂ ਫੜ ਕੇ ਨਾਲ ਮੈਂ ਫੜ ਕੇ ਅਸੀਂ ਅੰਦਰ 50 ਨੰਬਰ ਕਮਰੇ 'ਚ ਜਦੋਂ ਉਹਨੂੰ ਫੜਿਆ ਫਿਰ ਉਹਨੂੰ ਮਾੜਾ ਮੋਟਾ ਪੁੱਛਿਆ ਤੂੰ ਕਿੱਥੋਂ ਆਇਆ, ਕੁਛ ਨਹੀਂ ਬੋਲਿਆ, ਕਿੱਦਾਂ ਮੈਨੂੰ ਪਤਾ ਨਹੀਂ ਮੈਂ ਕਿੱਥੋਂ ਆਇਆ। ਪਰ ਇਹਨੂੰ ਫਿਰ ਅੰਦਰ ਹੀ ਸਿੰਘਾਂ ਨੇ ਜੋ ਗੁਰੂ ਸਾਹਿਬ ਦਾ ਹੁਕਮ ਆ ਕਿ ਜਿਹੜਾ ਦੁਸ਼ਪੁਣਾ ਕਰਦਾ ਉਹਨੂੰ ਸੁੱਕਾ ਨਾ ਛੱਡੇ, ਫਿਰ ਅੰਦਰ ਹੀ ਉਹਨੂੰ ਘੜਿਆਂ ਨਾਲ ਮਾਰ ਮਾਰ ਕੇ ਕੁੱਟ ਕੇ ਉੱਥੇ ਹੀ ਮਾਰਤਾ ਸੀਗਾ। ਮੇਰੀ ਆਹ ਕੁੜਤੀ ਵੀ ਖੂਨ ਨਾਲ ਲਿਪੜੀ ਹੋਈ ਆ। ਇਹੀ ਬਾਬਾ ਜੀ ਨੇ ਜਿਹੜੇ ਅੰਦਰੋਂ ਚੁੱਕ ਕੇ ਲਿਆਏ ਇਹਨਾਂ ਨੇ ਘੜੇ ਮਾਰੇ ਉਹਦੇ ਸਿਰ 'ਚ, ਇਹ ਅੰਦਰ ਹੀ ਉਸ ਕਮਰੇ 'ਚ ਲੱਗ ਗਿਆ। ਇਹ ਬਾਬੇ ਲੈ ਕੇ ਆ ਰਹੇ ਸੀ, ਅਸੀਂ ਬਾਹਰ ਬੈਠੇ ਸੀ, ਖੂਨ ਲੱਗਾ ਆ ਤੇ ਕੁੜਤੀ ਫਿਰ ਮੈਂ ਇਸ਼ਨਾਨ ਕਰਕੇ ਫਿਰ ਦੂਜੀ ਕੁੜਤੀ ਪਾ ਕੇ ਹੁਣ ਆਇਆ ਕਿ ਇਹਦਾ ਪਾਪੀ ਦਾ ਜਿਹੜਾ ਇਸ਼ਨਾਨ ਤੇ ਕਰਨਾ ਹੀ ਪੈਣਾ ਕਿ ਦੁਸ਼ਟ ਬੰਦਾ ਸੀਗਾ। ਨਾਂ ਦੱਸਿਓ ਨੇ ਆਪਣਾ? ਹਾਂਜੀ ਨਾਂ ਦੱਸਿਓ ਨੇ ਆਪਣਾ ਜੀ? ਨਹੀਂ ਕੁਛ ਨਹੀਂ ਦੱਸਿਆ, ਕਹਿੰਦਾ ਮੈਨੂੰ ਪਤਾ ਨਹੀਂ। ਗੁਜਿਆ ਰੋਜ਼ਗਾਰ ਕੇ ਜਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ। ਆਹ ਕੰਮ ਵਧੀਆ ਕੀਤਾ।